सत श्री अकाल लोकरण पंजाबी ते स्वागत। मैं गुरजिंदर सिंह पंगू ते मेरे नाल अज मौजूद ने भारतीय किसान यूनियन एकता सिद्धूपुर के प्रधान सरदार जगजीत सिंह डल्लेवाल साहब। डल्लेवाल साहब सत श्री अकाल, स्वागत है थोड़ा जी। सत श्री अकाल जी, तुहाडा वी तुहाडे चैनल दा ते तुहाडे सारे स्रोतियां दा बहुत बहुत धन्यवाद। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ। ਸੋ ਦੋਸਤੋ, ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਜਿਹੜੇ ਕਿਸਾਨ ਆਗੂ ਨੇ, ਵੱਡੇ ਕਿਸਾਨ ਆਗੂ, ਲਗਾਤਾਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਦੇ ਇੰਟਰਵਿਊਜ਼ ਕਰਕੇ ਤੁਹਾਡੇ ਸਨਮੁਖ ਕਰ ਰਹੇ ਹਾਂ। ਤੁਸੀਂ ਸਾਨੂੰ ਕਹਿੰਦੇ ਹੋ ਕਿ ਕਿਸਾਨੀ ਦੇ ਜਿਹੜੇ ਅਗਲੇ ਪ੍ਰੋਗਰਾਮ ਨੇ ਜਾਂ ਕਿਸਾਨ ਆਗੂਆਂ ਦੇ ਅਗਲੇ ਕੀ ਪ੍ਰੋਗਰਾਮ ਨੇ, ਇੱਕ ਦਿੱਲੀ ਦੇ ਵੱਡੇ ਅੰਦੋਲਨ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਸੰਘਰਸ਼ ਸ਼ੁਰੂ ਹੋਊਗਾ ਜਾਂ ਫਿਰ ਹੁਣ ਇਸ ਨੂੰ ਅਖੀਰ ਸਮਝੀਏ, ਪਰ ਕਿਤੇ ਨਾ ਕਿਤੇ ਇੱਕ ਮੀਡੀਆ ਵੱਲੋਂ ਅਵੋਇਡ ਕਰਤੇ ਜਾਂਦੇ ਨੇ, ਪਰ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਲਗਾਤਾਰ ਜਿਹੜੇ ਹੈਗੇ ਨੇ ਪ੍ਰੋਟੈਸਟ ਹੋ ਰਹੇ ਨੇ। ਅਤੇ ਅਗਲੇ ਦੀ ਅੱਗੇ ਦੀ ਹੁਣ ਰਣਨੀਤੀ ਕੀ ਹੈ? ਤਮਾਮ ਜਿਹੜੇ ਮਸਲੇ ਹੈਗੇ ਨੇ ਪੰਜਾਬ ਦੇ ਜਾਂ ਕਿਸਾਨੀ ਦੇ ਮਸਲੇ ਨੇ, ਤੁਹਾਡੇ ਆਪਣੇ ਲੋਕਾਂ ਦੇ ਮਸਲੇ ਨੇ, ਇਹਨਾਂ ਮਸਲਿਆਂ 'ਤੇ ਗੱਲਬਾਤ ਕਰਨ ਦੇ ਲਈ ਡੱਲੇਵਾਲ ਸਾਹਿਬ ਸਾਡੇ ਨਾਲ ਨੇ। ਡੱਲੇਵਾਲ ਸਾਹਿਬ, ਆਪਾਂ ਅੱਗੇ ਵੀ ਜਾ ਕੇ ਗੱਲਬਾਤ ਕਰਾਂਗੇ, ਪਹਿਲਾਂ ਜਿਹੜਾ ਤੁਹਾਡਾ ਹੁਣ ਕਰੰਟ ਪ੍ਰੋਗਰਾਮ ਹੈ ਜਿਹਦੇ ਲਈ ਤੁਸੀਂ ਪੰਜਾਬ ਦੇ ਵਿੱਚ ਬੈਠਕਾਂ ਕਰ ਰਹੇ ਹੋ, ਕੀ ਪ੍ਰੋਗਰਾਮ ਹੈ ਇਹ? ਦੇਖੋ, ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਇਹ ਹੈ ਕਿ ਅਸੀਂ ਜਿਹੜਾ ਸਾਨੂੰ ਇਮੀਡੀਏਟਲੀ ਲੱਗਿਆ ਕਿ ਜੂਨ ਦਾ ਮਹੀਨਾ ਆ ਰਿਹਾ, ਅੱਗੇ ਲੋਕਾਂ ਨੇ ਝੋਨੇ ਦੀ ਲਵਾਈ ਦਾ ਸ਼ੁਰੂ ਹੋ ਜਾਣਾ, ਲੇਕਿਨ ਸਰਕਾਰ ਦੀ ਬਿਜਲੀ ਪ੍ਰਤੀ ਜੋ ਸਮੱਸਿਆਵਾਂ ਨੇ ਲੋਕਾਂ ਦੀਆਂ, ਉਹਦੇ 'ਤੇ ਸਰਕਾਰ ਦੀ ਕੋਈ ਸੀਰੀਅਸਨੈਸ ਨਜ਼ਰ ਨਹੀਂ ਆਈ। ਪਿਛਲੇ ਸਮੇਂ ਦੇ ਵਿੱਚ ਸਾਡੀ ਖੇਤੀਬਾੜੀ ਮੰਤਰੀ ਨਾਲ ਇੱਕ ਮੀਟਿੰਗ ਹੋਈ, ਉਹਦੇ 'ਚ ਉਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਕਿ ਆਪਾਂ ਇੱਕ ਮੀਟਿੰਗ ਕਰਾਂਗੇ ਜਿਹਦੇ ਵਿੱਚ ਪਾਵਰ ਮਿਨਿਸਟਰ ਬੈਠੇਗਾ, ਜਿਹਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਮਿਨਿਸਟਰ ਵੀ ਬੈਠਣਗੇ, ਹੋਰ ਬਹੁਤ ਸਾਰੇ ਮਤਲਬ ਜਿਵੇਂ ਪਸ਼ੂ ਪਾਲਣ ਵਿਭਾਗ ਦੇ ਮਿਨਿਸਟਰ ਵੀ ਬੈਠਣਗੇ, ਜਿਨ੍ਹਾਂ ਜਿਨ੍ਹਾਂ ਨਾਲ ਰਿਲੇਟਡ ਸਾਡੀਆਂ ਡਿਮਾਂਡਸ ਹੈਗੀਆਂ ਨੇ ਉਹ ਸਾਰੇ ਬੈਠਣਗੇ। ਲੇਕਿਨ ਮੈਂ ਸਮਝੂੰਗਾ ਕਿ ਸਰਕਾਰ ਦੀ ਨਲਾਇਕੀ ਕਹੂੰਗਾ ਜਾਂ ਸਰਕਾਰ ਦੀ ਚਲਾਕੀ, ਸਰਕਾਰ ਨੇ ਸਾਡੇ ਨਾਲ ਮੀਟਿੰਗ ਕੀਤੀ ਪਿਛਲੇ ਦਿਨਾਂ 'ਚ, ਲੇਕਿਨ ਕੋਈ ਵੀ ਅਜਿਹਾ ਅਦਾਰਾ ਕੋਈ ਵੀ ਅਜਿਹਾ ਡਿਪਾਰਟਮੈਂਟ ਮੀਟਿੰਗ ਦੇ ਵਿੱਚ ਨਹੀਂ ਬੁਲਾਇਆ। ਤਾਂ ਇੱਕ ਤਰ੍ਹਾਂ ਦਾ ਉਹ ਮੀਟਿੰਗ ਤੋਂ ਵਿੱਚ ਦੇ ਵਿੱਚ ਸਾਡੀਆਂ ਮੰਗਾਂ ਤੋਂ ਜਦੋਂ ਪੱਲਾ ਚੜਿਆ ਕਿ ਜੀ ਇਹ ਤਾਂ ਬਿਜਲੀ ਬੋਰਡ ਦੀਆਂ ਮੰਗਾਂ ਨੇ, ਇਹ ਤਾਂ ਜੀ ਉਹ ਬੈਠਣਗੇ ਕਿਤੇ ਉਹਨਾਂ ਨਾਲ ਤੁਹਾਡੀ ਮੀਟਿੰਗ ਕਰਵਾ ਦਾਂਗੇ, ਫਿਰ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕਿਤੇ ਕਰਵਾ ਦਾਂਗੀਆਂ, ਗੱਲਾਂ ਗਾਹ ਹੁੰਦੀਆਂ ਨੇ, ਹੁਣ ਤੁਹਾਡੇ ਥਰੂ ਅਸੀਂ ਮੀਟਿੰਗ ਥੋੜ੍ਹੀ ਲੈਣੀ ਹੈ, ਅਸੀਂ ਮੀਟਿੰਗ ਆਪਣੇ ਤਰੀਕੇ ਨਾਲ ਕਰਾਂਗੇ, ਆਪਣੀ ਲੜਾਈ ਲੜਾਂਗੇ, ਕਿਉਂਕਿ ਸਾਡੇ ਕੋਲ ਟਾਈਮ ਬੜਾ ਸ਼ੋਰਟ ਟਾਈਮ ਹੈ, ਮੀਟਿੰਗਾਂ ਉਡੀਕ ਉਡੀਕ ਕੇ ਅਸੀਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਨਹੀਂ ਕਰਵਾ ਸਕਦੇ। ਉਹਦੇ 'ਚੋਂ ਸਾਨੂੰ ਇਮੀਡੀਏਟਲੀ ਇੱਕ ਮੀਟਿੰਗ ਕਰਕੇ ਸਕਿੱਮ ਨੋਨ ਪੋਲੀਟੀਕਲ ਨੂੰ, ਇਹ 8 ਤਰੀਕ ਦਾ ਪਾਵਰਕੌਮ ਦੇ ਦਫ਼ਤਰ ਦੇ ਮੂਹਰੇ ਵੱਡਾ ਪ੍ਰੋਟੈਸਟ ਕਰਨ ਦਾ ਪ੍ਰੋਗਰਾਮ ਸਾਨੂੰ ਦੇਣਾ ਪਿਆ, ਜਿਹਦੇ ਵਿੱਚ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਸਾਡੇ ਕਿਸਾਨਾਂ ਨੂੰ, ਪਹਿਲੀ ਤਾਂ ਗੱਲ ਇਹ ਦੇਖਿਆ ਹੋਏਗਾ ਤੁਸੀਂ ਸਾਰਿਆਂ ਨੇ ਕਿ ਲੰਬੇ ਸਮੇਂ ਤੋਂ ਜਿਹੜੀਆਂ ਜਨਰਲ ਕੈਟੇਗਰੀ ਵਾਲੀਆਂ ਐਪਲੀਕੇਸ਼ਨਸ ਲੋਕਾਂ ਦੀਆਂ ਪਈਆਂ ਨੇ ਉਹ ਸਰਕਾਰ ਨੇ ਕਦੇ ਕੱਢੀਆਂ ਹੀ ਨਹੀਂ। ਕਦੇ ਤਾਂ ਇਹ ਕਹਿਤਾ ਜੀ OYT ਵਾਲੇ ਲੈ ਲਓ, ਕਦੇ ਕਹਿਤਾ ਜੀ ਸਿੰਗਲ ਪੋਲ ਵਾਲੇ ਲੈ ਲਓ, ਕਦੇ ਕਹਿਤਾ ਜੀ ਹੁਣ ਤੁਸੀਂ ਚੇਅਰਮੈਨ ਕੋਟੇ 'ਚੋਂ ਲੈ ਲਓ, ਇਹ ਜਾਣੀ ਉਹ ਸਾਰੇ ਦੇ ਸਾਰੇ ਕਿਸਾਨਾਂ ਦੇ ਆਪਦੇ ਖਰਚੇ ਵਾਲੇ, ਲੋਕਾਂ 'ਤੇ ਬੋਝ ਪੈਣ ਵਾਲੇ ਤਾਂ ਦਿੱਤੇ, ਲੇਕਿਨ ਬਹਾਨਾ ਦੇਖੋ ਕੀ ਬਣਦਾ ਸੀ। ਦੇਖੋ ਜੀ ਜਿੰਨੇ ਟਿਊਬਵੈੱਲ ਅਸੀਂ ਬਾਹਰੇ ਬਾਹਲੇ ਲਵਾ ਰਹੇ ਹਾਂ, ਜਿੰਨੇ ਵੱਧ ਕਨੈਕਸ਼ਨ ਦਿੰਦੇ ਹਾਂ ਤਾਂ ਲੋਕ ਧਰਤੀ ਹੇਠੋਂ ਪਾਣੀ ਮੁਕਾ ਰਹੇ ਨੇ, ਬਹਾਨਾ ਉਹਨਾਂ ਦਾ ਇਹ ਸੀ। ਔਰ ਜੇਕਰ ਹੁਣ ਕਨੈਕਸ਼ਨ ਅਸੀਂ OYT ਵਾਲਾ ਲੈਂਦੇ ਹਾਂ ਤਾਂ ਉਹ ਵੀ ਤਾਂ ਧਰਤੀ ਹੇਠੋਂ ਪਾਣੀ ਕੱਢੇਗਾ, ਜੇ ਚੇਅਰਮੈਨ ਕੋਟੇ ਦਾ ਲੈਂਦੇ ਉਹ ਵੀ ਤਾਂ ਧਰਤੀ ਹੇਠੋਂ ਪਾਣੀ ਕੱਢੇਗਾ। ਯਾਨੀ ਲੋਕਾਂ ਨੂੰ ਲੁੱਟਣ ਵਾਸਤੇ ਇੱਕ ਬਹਾਨਾ ਕਰਕੇ ਲੋਕਾਂ ਨੂੰ ਰੱਜ ਕੇ ਲੁੱਟਿਆ ਗਿਆ, ਉਹ ਕਨੈਕਸ਼ਨ ਸਾਡੇ ਬਾਕੀ ਪਏ ਨੇ। ਹਜੇ ਬਹੁਤ ਸਾਰਾ ਵੱਡਾ ਹਿੱਸਾ ਸਾਡੇ ਕਿਸਾਨ ਉਹ ਨੇ ਜਿਨ੍ਹਾਂ ਦੇ ਪੈਸੇ ਭਰੇ ਪਏ ਇਹਨਾਂ ਕੋਲ, ਲੇਕਿਨ ਕਨੈਕਸ਼ਨ ਨਹੀਂ ਦਿੱਤੇ। ਇੱਕ ਤਾਂ ਉਹ ਮੰਗ ਹੈ, ਸਾਡੀ ਮੇਜਰ ਮੰਗ ਹੈ ਕਿ ਘੱਟੋ ਘੱਟ ਹਰ ਕਿਸਾਨ ਦੇ ਕੋਲ ਇੱਕ ਕਨੈਕਸ਼ਨ ਹੋਣਾ ਯਕੀਨੀ ਤਾਂ ਬਣੇ ਨਾ। ਹੁਣ ਉਸ ਤੋਂ ਚੱਲਦੇ ਅਗਲੇ ਪਾਸੇ, ਇੱਕ ਦੇਖੋ ਬਹੁਤ ਵੱਡੀ ਪੱਧਰ ਦੇ ਉੱਤੇ ਇੱਕ ਸਮੱਸਿਆ ਆਉਂਦੀ ਸਾਡੇ ਆਮ ਕਿਸਾਨ ਨੂੰ, ਮੇਰਾ ਬੋਰ ਖਰਾਬ ਹੋ ਗਿਆ, ਇਹ ਅਕਸਰ ਹੈ, ਹਰ 10-12 ਸਾਲ ਦੇ ਬਾਅਦ ਬੋਰ ਨੇ ਖਰਾਬ ਹੋਣਾ ਹੈ। ਜਦੋਂ ਬੋਰ ਖਰਾਬ ਹੋ ਗਿਆ, ਜਿਹੜੀ ਉਹਦੇ 'ਤੇ ਮੋਟਰ ਚੱਲ ਰਹੀ ਹੈ, ਫਿਰ ਉਹਨੂੰ ਜਿੱਥੇ ਬੋਰ ਜਾਏਗਾ ਉੱਥੇ ਮੋਟਰ ਵੀ ਲਿਜਾਣੀ ਪਏਗੀ। ਤਾਂ ਪਾਵਰਕੌਮ ਇਹ ਕਹਿ ਦਿੰਦਾ ਵੀ 1 ਏਕੜ ਦੇ ਘੇਰੇ ਦੇ ਅੰਦਰ ਅੰਦਰ ਤਾਂ ਤੁਸੀਂ ਇੱਧਰ ਉੱਧਰ ਕਰ ਲਓ, ਅਗਰ ਤੂੰ ਜ਼ਿਆਦਾ ਦੂਰ ਲੈ ਕੇ ਜਾਓਗੇ ਤਾਂ ਅਸੀਂ ਫਿਰ ਮਤਲਬ ਤੁਹਾਨੂੰ ਨਹੀਂ ਲਿਜਾਣ ਦਿਆਂਗੇ। ਹੁਣ ਮਿਸਤਰੀ ਕਹਿੰਦਾ ਜਿਹਨੇ ਬੋਰ ਕਰਨਾ, ਜਿਹੜੇ ਡੂੰਘੇ ਬੋਰ ਨੇ ਜਾਂ ਜਿੱਥੇ ਕੈਪਟੀਆਂ ਹੁੰਦੀਆਂ, ਉੱਥੇ ਮਿਸਤਰੀ ਇਹ ਕਹਿੰਦਾ ਪਹਿਲਾਂ ਹੀ ਕਿ ਜੀ 1 ਕਿੱਲੇ ਤੋਂ ਜੇ ਦੂਰ ਕਰੋਗੇ ਤਾਂ ਮੈਂ ਗਰੰਟੀ ਲਊਂਗਾ, 1 ਕਿੱਲੇ ਦੇ ਨੇੜੇ ਮੈਂ ਤੁਹਾਡੀ ਗਰੰਟੀ ਨਹੀਂ ਲੈਂਦਾ ਬੋਰ ਦੀ। ਉਹ ਨੇੜੇ ਗਰੰਟੀ ਨਹੀਂ ਲੈਂਦਾ, ਇਹ ਬਾਹਰ 1 ਕਿੱਲੇ ਤੋਂ ਬਾਹਰ ਉਹਨੂੰ ਕਨੈਕਸ਼ਨ ਨਹੀਂ ਜਾਣ ਦਿੰਦੇ, ਕਿਸਾਨ ਇੱਕ ਸਮੱਸਿਆ 'ਚ ਫਸ ਗਿਆ ਵਿਚਾਰਾ। ਅਸੀਂ ਲੰਬੇ ਸਮੇਂ ਤੋਂ ਇਹ ਮੰਗਦੇ ਆ ਰਹੇ ਹਾਂ ਕਿ ਸਾਨੂੰ ਆਪਦੀ ਮੋਟਰ ਜਿੱਥੇ ਸਾਨੂੰ ਪਾਣੀ ਮਿਲੇ, ਦੇਖੋ ਜਦੋਂ ਬੋਰ ਖਰਾਬ ਹੋਇਆ ਕਿਸਾਨ ਨੂੰ ਇਹ ਤਾਂ ਲੱਭਣਾ ਪੈਣਾ ਨਾ ਕਿ ਮੈਨੂੰ ਪਾਣੀ ਕਿੱਥੇ ਮਿਲਦਾ ਹੈ।
ਕਿੱਥੇ ਇਕੱਲਾ ਪਾਣੀ ਨਹੀਂ ਮਿਲਦਾ, ਪਾਣੀ ਚੰਗਾ ਕਿੱਥੇ ਮਿਲਦਾ ਅਤੇ ਪਾਣੀ ਪੂਰਾ ਕਿੱਥੇ ਮਿਲਦਾ, ਦੋ ਤਿੰਨ ਗੱਲਾਂ ਵੇਖਣੀਆਂ ਪੈਣਗੀਆਂ। ਉਹ ਹੋ ਸਕਦਾ 2 ਕਿੱਲੇ ਦੂਰ ਮਿਲੇ, ਹੋ ਸਕਦਾ 3 ਕਿੱਲੇ ਦੂਰ ਮਿਲੇ, ਹੋ ਸਕਦਾ 4 ਕਿੱਲੇ ਦੂਰ ਮਿਲੇ। ਉਹ ਤਾਂ ਜਿੱਥੇ ਮਿਲੇਗਾ ਉੱਥੇ ਬੋਰ ਕਰੇਗਾ, ਜਿੱਥੇ ਉਹ ਬੋਰ ਕਰੇਗਾ ਉੱਥੇ ਉਹਨੂੰ ਮੋਟਰ ਲਿਜਾਣੀ ਪਏਗੀ। ਅਸੀਂ ਵਾਰ ਵਾਰ ਇਹ ਮੰਗ ਕੀਤੀ ਹੈ ਕਿ ਕਿਸਾਨ ਨੂੰ ਆਪਦੇ ਖੇਤ ਦੇ ਵਿੱਚ ਆਪਦੇ ਖਰਚੇ 'ਤੇ ਜਿੱਥੇ ਮਰਜ਼ੀ ਉਹ ਮੋਟਰ ਲਾਉਣੀ ਚਾਹੇ ਉਹਨੂੰ ਲਾਉਣ ਦੀ ਇਜਾਜ਼ਤ ਹੋਵੇ। ਤਾਂ ਇਹ ਇੱਕ ਮੇਜਰ ਮੰਗ ਸੀ ਨਾਲ ਸਾਡੀ, ਇਹ ਵੀ ਇੱਕ ਪਿਛਲੇ ਸਮੇਂ ਦੇ ਵਿੱਚ ਵੱਡਾ ਹੋਰ ਲੋਕਾਂ ਨਾਲ ਧੋਖਾ ਹੋਇਆ ਔਰ ਆਲ ਓਵਰ ਪੰਜਾਬ ਹੋਇਆ। ਉਹ ਤਾਂ ਸਿਰਫ ਇੱਕ ਬਠਿੰਡੇ ਜ਼ਿਲ੍ਹੇ ਨੇ, ਉਹ ਥੋੜ੍ਹੇ ਜਿਹੇ ਬੰਦੇ ਲੜਾਕੇ ਵੱਧ ਨੇ, ਉਹ ਛੇਤੀ ਫੜ ਲੈਂਦੇ ਨਬਜ਼ਾਂ ਤੋਂ ਲੜਦੇ ਆ। ਉਸ ਏਰੀਏ ਦੇ ਵਿੱਚ ਰਾਮਪੁਰਾ ਫੂਲ ਦਾ ਜਿਹੜਾ ਏਰੀਆ ਹੈ, ਇੱਕ ਸਬ ਡਿਵੀਜ਼ਨ 'ਚ ਅਸੀਂ ਉਹ ਕੇਸ ਸਾਹਮਣੇ ਆਏ ਸਾਡੇ 170-72 ਕੇਸ ਹੈ ਜਿਨ੍ਹਾਂ ਨੂੰ ਪਾਵਰਕੌਮ ਦੇ ਅਧਿਕਾਰੀਆਂ ਵੱਲੋਂ ਕਨੈਕਸ਼ਨ ਦਿੱਤੇ ਗਏ ਬਿਜਲੀ ਬੋਰਡ ਵੱਲੋਂ, ਔਰ ਕਿਸਾਨ ਵਿਚਾਰੇ ਨੂੰ ਸਮਾਨ ਪਾਵਰਕੌਮ ਚੁਕਾ ਰਿਹਾ ਹੈ, ਪੈਸੇ ਜੇਈ ਲੈ ਗਿਆ, SDO ਲੈ ਗਿਆ ਜਾਂ ਉਹਨਾਂ ਦਾ ਕੋਈ ਮੀਡੀਏਟਰ ਲੈ ਗਿਆ ਉਹਨਾਂ ਨੂੰ। ਕਿਸਾਨ ਦਾ ਮਤਲਬ ਤਾਂ ਵੀ ਮੈਨੂੰ ਜਦੋਂ ਜੇਈ ਸਮਾਨ ਚੁਕਾ ਰਿਹਾ, ਜੇਈ ਆ ਕੇ ਮੇਰਾ ਕਨੈਕਸ਼ਨ ਚਲਾ ਰਿਹਾ, ਜੇਈ ਮੈਨੂੰ ਮਤਲਬ SDO ਦੀ ਮੋਹਰ ਲਾ ਕੇ ਉਹਦੀ ਕਾਪੀ ਦੇ ਰਿਹਾ, ਇੱਟ ਮੀਨਸ ਕਿ ਕਨੈਕਸ਼ਨ ਓਰੀਜਨਲ ਮੰਨੇਗਾ ਮੰਨੇਗਾ। ਹੁਣ ਜਦੋਂ ਕਨੈਕਸ਼ਨ ਓਰੀਜਨਲ ਮੰਨਦਾ ਕਿਸਾਨ, ਅੱਜ ਉਹਦੀਆਂ ਇਨਕੁਆਇਰੀਆਂ ਸ਼ੁਰੂ ਹੋਈਆਂ ਤਾਂ ਉਹ ਕਹਿੰਦੇ ਜੀ ਤਾਂ ਕਨੈਕਸ਼ਨ ਸਾਰੇ ਔਨ ਰਿਕਾਰਡ, ਮਤਲਬ ਤੁਹਾਡੇ ਡੁਪਲੀਕੇਟ ਨੇ, ਜਾਲੀ ਨੇ, ਇਹ ਤਾਂ ਬੜਾ ਵੱਡਾ ਫਰੋਡ ਹੈ। ਹੁਣ ਉੱਥੇ ਕਿਸਾਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਕਹਿੰਦੇ ਹਾਂ ਵੀ ਕਿਸਾਨ ਦਾ ਕੋਈ ਕਸੂਰ ਨਹੀਂ ਗਾ, ਕਿਸਾਨ ਨੂੰ ਤੁਹਾਡੇ ਦਫ਼ਤਰਾਂ 'ਚੋਂ ਸਮਾਨ ਮਿਲਿਆ, ਤੁਹਾਡੇ ਜਈਆਂ ਨੇ ਦਿੱਤਾ, ਉਹਨਾਂ ਜਈਆਂ ਦੇ ਉੱਤੇ FIR ਲੌਂਚ ਕਰੋ ਔਰ ਸਾਡੇ ਫਾਰਮਰ ਦਾ ਜਿਹੜਾ ਕਨੈਕਸ਼ਨ ਆ ਉਹਨੂੰ ਰੈਗੂਲਰ ਕਰੋ ਜੀ। ਬਿਲਕੁਲ, ਸਾਡੀ ਮੰਗ ਇਹ ਹੈ। ਹੁਣ ਇਹ 172 ਤਾਂ ਅਸੀਂ ਸਾਡੇ ਕੋਲ ਉਹਨਾਂ ਦੇ ਐਫੀਡੇਵਿਟ ਆ ਗਏ, ਕਮੇਟੀ ਵੀ ਬਣ ਗਈ, ਉਹਦੀ ਲੜਾਈ ਵੀ ਲੜ ਰਹੇ ਹਾਂ। ਸੋ ਇਹੋ ਜਿਹੀਆਂ ਜਿਵੇਂ ਮੀਟਰ ਲਾਉਣੇ ਆ ਆਪਣੇ ਚਿੱਪ ਵਾਲੇ ਮੀਟਰ, ਸਮਾਰਟ ਮੀਟਰ, ਹੁਣ ਉਹਦੇ 'ਚ ਇੱਕ ਨਵਾਂ ਪੰਗਾ ਹੋ ਰਿਹਾ ਵੀ ਜੇ ਕਿਸੇ ਨੇ ਨਵੀਂ ਐਪਲੀਕੇਸ਼ਨ ਦੇ ਤੀ, ਉਹ ਕਹਿੰਦੇ ਲਾਵਾਂਗੇ ਤਾਂ ਜੇ ਤੁਸੀਂ ਚਿੱਪ ਵਾਲਾ ਮੀਟਰ ਲਵਾਉਣਾ ਪਹਿਲਾਂ ਮਨਜ਼ੂਰ ਕਰੋ, ਨਹੀਂ ਤਾਂ ਅਸੀਂ ਲਾਉਣਾ ਨਹੀਂ, ਸਾਡੇ ਕੋਲ ਹੈ ਹੀ ਨਹੀਂ। ਹਾਂ, ਹੁਣ ਫਾਰਮਰ ਨੂੰ ਅੱਗੇ ਲੋੜਾ, ਅਸੀਂ ਕਹਿੰਦੇ ਨਾ ਇਹ ਤਾਂ, ਉਹ ਕਹਿੰਦੇ ਸਾਡੇ ਕੋਲ ਹੈ ਨਹੀਂ, ਅਸੀਂ ਕਹਿੰਦੇ ਸਾਨੂੰ ਮਾਰਕੀਟ 'ਚੋਂ ਮਿਲਦਾ, ਅਸੀਂ ਮਾਰਕੀਟ 'ਚੋਂ ਲੈ ਕੇ ਲਾ ਲੈਂਦੇ ਹਾਂ, ਅਸੀਂ ਲੈ ਕੇ ਆਉਣੇ ਹਾਂ। SDO ਐਕਸਿਨ ਉਹਨੂੰ ਟੈਸਟ ਕਰ ਲਏ, ਉਹਦੇ 'ਤੇ ਲਾ ਦੇ ਆਪਦੀ ਸੀਲ, ਸਾਡੇ ਘਰੇ ਲਾ ਦੇਣ, ਅਸੀਂ ਉਹਦੇ 'ਤੇ ਬਿਜਲੀ ਦੇ। ਪੋਸੀਬਲ ਹੈਗਾ? ਨਹੀਂ, ਦੇਖੋ ਪੋਸੀਬਲ ਤਾਂ ਫਿਰ ਕਰਨਾ ਪਏਗਾ, ਅਸੀਂ ਉਹਨਾਂ ਦੀ ਗੱਲ ਮੰਨ ਕੇ ਅਤੇ ਉਹਦੇ ਥੱਲੇ ਕਿਵੇਂ ਲੱਗ ਜਾਣਗੇ ਲੋਕਾਂ। ਦੇਖੋ ਜਿਹੜਾ ਚਿੱਪ ਵਾਲਾ ਮੀਟਰ ਹੈ ਨਾ ਜੀ, ਇੱਕ ਤਾਂ ਜਿਹੜੇ ਕਾਨੂੰਨਾਂ ਦਾ ਅਸੀਂ ਵਿਰੋਧ ਕਰਕੇ ਆਏ ਹਾਂ, ਇਨਡਾਇਰੈਕਟ ਢੰਗ ਦੇ ਨਾਲ ਉਹ ਕਾਨੂੰਨ ਸਾਡੇ 'ਤੇ ਲਾਗੂ ਕੀਤਾ ਜਾ ਰਿਹਾ, ਉਹੀ ਜਿਹੜੀਆਂ ਧਾਰਾਵਾਂ ਉਹਦੇ 'ਚ ਸੀ ਉਹੀ ਦੂਜੇ ਪਾਸੇ ਦੀ ਲਾਈਆਂ ਜਾ ਰਹੀਆਂ ਨੇ। ਅਗਲੀ ਜਿਹੜੀ ਗੱਲ ਹੈ, ਦੇਖੋ ਚਿੱਪ ਵਾਲਾ ਮੀਟਰ ਚਲਾਉਣਾ ਇਹ ਹਰੇਕ ਬੰਦੇ ਦੇ ਵੱਸ ਦਾ ਕੰਮ ਨਹੀਂ ਹੈ, ਆਮ ਬੰਦਾ ਇਹਨੂੰ ਕਿਵੇਂ ਚਲਾ ਲਏਗਾ ਜੀ? ਅਸੀਂ ਤਾਂ ਬਹੁਤ ਸਾਰੇ ਪਰਿਵਾਰ ਸਾਡੇ ਇਹੋ ਜਿਹੇ ਮਿਲਣਗੇ ਤੁਹਾਨੂੰ ਪਿੰਡਾਂ ਦੇ ਵਿੱਚ ਬੈਠੇ, ਜਿਹੜੇ 6 ਮਹੀਨੇ ਆ ਤਿੱਕਰ ਉਹ ਤੋਂ ਬਿੱਲ ਨਹੀਂ ਤਰਦਾ, 6-6 ਮਹੀਨਿਆਂ ਬਾਅਦ ਜਦੋਂ ਕਣਕ ਆਉਂਦੀ ਆ ਜਾਂ ਝੋਨਾ ਆਉਂਦਾ ਉਦੋਂ ਅਗਲਾ ਉਹਦਾ ਬਿੱਲ ਤਾਰ ਕੇ ਆਉਂਦਾ, ਤਾਂ ਇਹ ਚਿੱਪ ਵਾਲੇ ਮੀਟਰ ਉਹਨੂੰ ਕਿਵੇਂ ਵਾਰਾ ਖਾ ਜਾਣਗੇ? ਪਤਾ ਨਹੀਂ ਕਿਹੜੇ ਮੌਕੇ 'ਤੇ, ਮਤਲਬ ਪਿੱਛੋਂ ਉਹਨਾਂ ਨੇ ਪੈਸੇ ਮੁੱਕ ਗਏ, ਅਗਲਿਆਂ ਨੇ ਸੋਚ ਆਫ ਕਰ ਦੇਣੀ, ਅਗਲੇ ਦੇ ਘਰੇ ਵਿਆਹ ਰੱਖਿਆ ਹੋਵੇ, ਅਗਲੇ ਦੇ ਘਰੇ ਰਿਸ਼ਤੇਦਾਰ ਬੈਠੇ ਹੋਣ, ਅਗਲੇ ਦੀ ਰੋਟੀ ਖਾਧੀ ਹੈ ਕਿ ਨਹੀਂ ਖਾਧੀ ਜੀਆਂ ਨੇ, ਤੂੰ ਇਹ ਸਾਨੂੰ ਕਦੇ ਮਤਲਬ ਮਨਜ਼ੂਰ ਨਹੀਂ ਹੈ। ਅਸੀਂ ਕਹਿੰਦੇ ਉਹ ਮੀਟਰ ਹੈਗੇ ਨੇ, ਉਹ ਮੀਟਰਾਂ ਨੂੰ ਤੁਸੀਂ ਆਪਦੇ ਨੂੰ ਸੀਲ ਕਰ ਲਾ ਲਓ, ਸਾਡੇ ਉਹ ਘਰਾਂ 'ਚ ਲਾ ਦਿਓ, ਨਹੀਂ ਤਾਂ ਫਿਰ ਅਸੀਂ ਲਾ ਲੈਂਦੇ ਹਾਂ, ਤੁਸੀਂ ਉਹਦੇ ਤੋਂ ਸਾਡੀ ਰੀਡਿੰਗ ਲੈ ਕੇ ਸਾਨੂੰ ਮਤਲਬ ਸਾਨੂੰ ਦੱਸੋ, ਨਹੀਂ ਤਾਂ ਅਸੀਂ ਇਹ ਧੱਕਾ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਤੁਸੀਂ ਕਰ ਰਹੇ। ਹੁਣ ਲੜਾਈ ਬਿਜਲੀ 'ਤੇ ਮੇਨ, ਅਤੇ ਇਸ ਤੋਂ ਇਲਾਵਾ ਕਿਸਾਨੀ ਦੇ ਜਿਹੜੇ ਮਸਲੇ ਨੇ, ਜਿਉਂਦੇ ਤਿਉਂ ਸਾਰੇ ਹੀ ਮਸਲੇ ਮਿਸਾਇਲ ਬਣੇ ਹੋਏ ਨੇ, ਕਿਸ ਤਰੀਕੇ ਦੇ ਨਾਲ ਅੱਗੇ ਦਾ ਕੋਈ ਹੋਰ ਸੰਘਰਸ਼ ਹੈਗਾ? ਕਿਉਂਕਿ ਲਗਾਤਾਰ ਗੱਲ ਚੱਲਦੀ ਹੈ, ਇੱਕ ਤਾਂ ਜਿਵੇਂ ਜਿਹੜੀ ਸ਼ਾਮਲਾਟ ਜ਼ਮੀਨਾਂ ਪੰਜਾਬ ਦੇ ਵਿੱਚ ਉਹ ਇੱਕ ਵੱਡੀ ਡਿਬੇਟ ਦਾ ਇਸ਼ੂ ਨੇ, ਜਾਂ ਇਸ ਤੋਂ ਇਲਾਵਾ ਜਿਹੜਾ ਕਿਸਾਨੀ ਕਰਜ਼ਾ ਉਹ ਇੱਕ ਵੱਡੀ ਡਿਬੇਟ ਦਾ ਇਸ਼ੂ ਹੈ, ਜਾਂ ਨਿੱਤ ਮਰ ਰਹੀ ਕਿਸਾਨੀ ਵੱਡੀ ਡਿਬੇਟ ਦਾ ਇਸ਼ੂ ਹੈ, 3 ਖੇਤੀ ਕਾਨੂੰਨ ਵਾਪਸ ਕਰਵਾਏ ਸੀ, ਲਗਾਤਾਰ ਗੱਲ ਚੱਲਦੀ ਹੈ ਕਿ ਰੂਪ ਬਦਲ ਗਏ, ਅਟੈਕ ਤਾਂ ਫਿਰ ਹੋਣਾ, ਇਹ ਜਿਹੜੀਆਂ ਸਾਰੀਆਂ ਮੰਗਾਂ ਨੇ, ਇਹਨਾਂ ਮੰਗਾਂ ਨੂੰ ਕਿਸ ਤਰੀਕੇ ਦੇ ਨਾਲ ਕਿਸਾਨ ਜਥੇਬੰਦੀਆਂ ਹੈਂਡਲ ਕਰ ਰਹੀਆਂ ਨੇ ਹੁਣ? ਦੇਖੋ, ਅਸੀਂ ਇਹਨੂੰ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਲੜਾਈ ਉੱਥੇ ਹੀ ਖੜੀ ਹੈ, ਸਾਡੀ ਲੜਾਈ ਸਾਨੂੰ ਦੁਬਾਰਾ ਵੱਡੀ ਪੱਧਰ ਦੇ ਉੱਤੇ ਤਕੜੇ ਹੋ ਕੇ ਲੜਨਾ ਪੈਣਾ, ਔਰ ਉਹਦੀ ਅਸੀਂ ਤਿਆਰੀ 'ਚ ਵੀ ਹਾਂ। ਅਸੀਂ ਆ ਕਿਸਾਨਾਂ ਦਾ ਝੋਨਾ ਲਾਉਣ ਤੱਕ ਕਿਸਾਨਾਂ ਨੂੰ ਟਾਈਮ ਦੇਣਾ, ਕਿਉਂਕਿ ਸਾਡੀ ਲੜਾਈ ਤਾਂ ਇਹਨਾਂ ਨਾਲ ਹੀ ਹੈ। ਜਦੋਂ ਕਿਸਾਨ ਫਰੀ ਹੋਏਗਾ, ਅਸੀਂ ਉਸ ਵੇਲੇ ਧਰਨਾ, ਮੁਜ਼ਾਹਰਾ, ਪ੍ਰੋਟੈਸਟ ਜੋ ਕਰਾਂਗੇ ਉਹ ਲੋਕਾਂ ਦੀ ਏਕਤਾ ਨਾਲ, ਲੋਕਾਂ ਦੇ ਇਕੱਠ ਨਾਲ ਹੋਣਾ ਹੁੰਦਾ, ਔਰ ਉਹਨਾਂ ਕੁ ਟਾਈਮ ਅਸੀਂ ਉਹਦੀ ਵੇਟ ਕਰ ਰਹੇ ਹਾਂ। ਲੇਕਿਨ ਜਿਹੜੀਆਂ ਸਾਡੀਆਂ ਮੰਗਾਂ ਨੇ, ਜਿਵੇਂ ਸਭ ਤੋਂ ਤੁਸੀਂ ਪਹਿਲੀ ਆਹੀ ਗੱਲ ਆਖੀ ਹੈ ਕਿ ਪੰਚਾਇਤੀ ਜ਼ਮੀਨਾਂ ਜਿਹੜੀਆਂ ਸੱਚੀਓ ਪੰਚਾਇਤ ਦੇ ਨਾਂ 'ਤੇ ਨੇ, ਉਹ ਸਾਨੂੰ ਨੋ ਪ੍ਰੋਬਲਮ ਹੈ। ਉਹ ਤਾਂ ਪੰਚਾਇਤ ਦੀਆਂ ਨੇ, ਪੰਚਾਇਤ ਦੀ ਜ਼ਮੀਨ ਪਹਿਲਾਂ ਹੀ ਆਲਰੇਡੀ ਲੋਕ ਠੇਕੇ 'ਤੇ ਲੈਂਦੇ ਨੇ,
ठेके ते बीज दिया कोई नपदा नहीं उन्हों पर जेड़िया असर रौला तो उन्होंने जमीन का है जेड़िया जुमला मुश्तरका मालक नालियां जमीन ने या जेड़े आबादकार बैठे ने किसी होर तरह की पंजाब गवर्नमेंट की जमीन है या सेंटर गवर्नमेंट की जमीन है या देश शामलात ने यह जी जमीन ने जिड़िया हूँ जी जुमला मुश्तरका मालक वाली जमीन है मेरी इन्होंने बहुत बारी बहस हुई है कि यार जुमला मुश्तरका मालक वाली जी जमीन है वह साड़ी आ वो साडा शेयर है शेयर कट के रख लिया बार वो जिते खाल लाते लाते जिन्हिया पहिया लाती लाते जिन्ना होर जिते वरतना सी वरत लिया बाकी साड़ी सांझी पई है पिंड की तुम यार पंचायत के लत्त कड़ा है सानू कोई इतराज नहीं पंचायत साड़ी दुश्मन ही साड़ी बनाई पंचायत है बट सानू ये भी है ना नाल कि यह टोटल पंजाब की लखा एकड़ जमीन है जिदे ते सरकार की हक है सरकार चाहती है कि इन जमीनों के उत्ते मैं असी कंपनियों का कब्जा करवाइए कंपनियों देिए और कंपनियों तो मोटिया रकम वसूलीए फलन जिमें एक कहावत नहीं गा बी ताए दी ती चली तो मैं क्यों रहा कली इन्हों की वो गल है ये कहें जे बादल के लै गए जे कैप्टन अमरिंदर के फलानी चीज़ बेच गए तो असी तो रह गए असी कि चीज़ बेच गए हूँ इन्हों दिस रहा भी आप बेचो सरपंच बेचारा जोड़ा होंगे है वो पहली तो गल है एक आम सैकटरी भी सरपंच कमल लाई रखता क्योंकि साहब उत्थे भी डल्लेवाल साहब गल यह है कि जेकर पंचायती जमीन छुड़वा भी लेंदे ने हो पर सरकार को अधिकार नहीं कि पंचायती जमीन बेच सकन नहीं ये भी गल बड़ी अजीब है जी तुम आ गल कही है भी सरकार को अधिकार नहीं असी एक ना जदों ये साड़ी मंग मान ली सरकार ने जी आप गलत कर रहे हैं जुमला मुश्तरका मालकान दूजिया सारिया जमीन की एक कमेटी बन गई मैं उस कमेटी का मैंबर हाँ एक साड़ी मीटिंग होंगी है उस मीटिंग केस सामने आते हैं ये केस सामने आए कि पंचायत ने जमीन बेची हुण वो जिहड़ी ने खरीदी उदू गाह खरीद के उदू गाह खरीद के उदू गाह खरीद के जमीन छेवें सत्तवें थां ते पई है उन्हूं कहिंदे आ भी इह पंचायती आ छड जिन्हें पैसे भरे है उन्हूं नहीं कहिंदे जिन्हें बेची है जिन्हां दी परमिशन ना विकी है हुण पंचायती जमीन सरपंच कले की कोई जरूरत नहीं रजिस्ट्री करा दे उहदे च वीडियो भी शामिल है सैकटरी भी शामिल है डी डी पी ओ भी शामिल है डिप्टी डायरैक्टर भी शामिल है डायरैक्टर भी शामिल है तो हो सकता है पेंडू विकास से पंचायत मंत्री भी शामिल हो नहीं तो घट्टो घट उन्नया तो साइन है ना वो तो उन्होंने तो परमिशन दी है ना वेचण की तो जिन्होंने परमिशन दी है वेचण की फिर गुनाहगार चीज़ उन्होंने वेची है ना पैसे उन्होंने कमा के खाधे है ना तो कार्रवाई उन्होंने होनी चाहिए है जेडे आह प्रोटेस्ट दस रहे हो कि इन्होंने गलों लगे प्रोटेस्ट होगा भगवंत मान काउंटर करते हैं इन्होंने गलों मुख्यमंत्री पंजाब वो कहें कि जिहड़ियां किसान जथेबंदियां ने यह वजह नहीं देखदियां धरना लाने के लिए आह तो जगह देखदियां ने तुसीं मैनूं दस्सो भी की आ वजह नहीं आ वजह नहीं मैं अगली गल होर पुछदा भगवंत मान जी नूं तुसीं मैनूं ऐ दस्सो कि आ जिहड़े लोग लखां एकड़ जमीन ते रोजी कमा के आपदा परिवार पाल रहे है इन्हां नूं बेरोजगार नहीं कर रहे बेरोजगारी का आलम पहले ही पंजाब दे विच छाया होया है ते तुसीं बेरोजगारी नूं होर वधा रहे हो तो फिर ये बेरोजगारी जो लोगों के कोलों तुसीं रोजगार खोवोगे रोटी खोवोगे तो प्रोटेस्ट नहीं होणगे तो की होएगा फिर प्रोटेस्ट होणगे ये इकला इन्ना नहीं है तुसीं मैनूं ऐ दस्सो तुसीं किसानां दे करजे की मुक्ति का कोई हल किया तुसीं बदलाव वाली सरकार आई इत्थे असी पिछले दिनों में साड़ी सरकार दे नाल लंबी इहदे ते चर्चा हुई बहस हुई तो मेरा मन नूं बड़ी दुख दुख होया तो मैं कह के भी आया कि आ तो चंगा बदलाव लेके आंदा सी असी एक गल कही कि जिहड़े साडे फार्मर नूं तुसीं उहनां दे इक्विपमेंट्स दे उत्ते सबसिडियां दिंदे हो संदा ते जिहड़ी सबसिडी दिंदे हो सानूं ओह यार डायरैक्ट दे दिओ तुसीं आ की कम चला लिया भी दस फर्मां तुसीं ऑथराइज करतीआं तो जिहड़ी फर्म ऑथराइज कीती है वो मार्केट दे विच जिहड़ा संद 1.5 लाख दा है वह ऑथराइज कीती होई फर्म उहनूं पहले ही 2.25 लाख दा कर दिंदी है जिन्ना सानू सबसिडी मिलनी उन्हां दा रेट वध है ओरिजिनल रेट के उत्ते एक्चुअली रेट के उत्ते ही उन्होंने मिलनी है किसान उन्होंने कोई फायदा नहीं होंदा तो फिर सबसिडी किनू गई मंत्रियों गई वह फर्म गई या मतलब अधिकारियों गई जिन्होंने उत्ते साइन मारे है तो मतलब मेरा इस गल का है कि असी उहदे ते जोर दिता लंबा समा एक घंटा बहस हुई साड़ी यूं भी मैनू कहना पा भी आ चंगी फिर साड़ी बदलाव वाली सरकार है तो बदलाव वाली सरकार इस गल ते बजद रही कि नहीं जी ये असी मतलब ऑथराइज तो करांगे यदा मतलब की निकलता है फिर लोग लड़ाई नहीं लड़न गए
ਜਦੋਂ ਲੋਕਾਂ ਨੂੰ ਬਦਲਾਅ ਹੀ ਨਹੀਂ ਮਿਲਣਾ, ਕੋਈ ਹੱਕ ਹੀ ਨਹੀਂ ਮਿਲਣਾ, ਲੋਕ ਲੜਾਈ ਨਹੀਂ ਦਿਲਾਉਣਗੇ ਤਾਂ ਹੋਰ ਕੀ ਕਰਨਗੇ ਜੀ। ਇਹਨਾਂ ਨੇ ਕਮਿਟਮੈਂਟ ਕੀਤੀ ਲੋਕਾਂ ਨਾਲ ਕਿ ਅਸੀਂ ਤੁਹਾਨੂੰ ਤੁਹਾਡੀ ਮੂੰਗੀ ਦਾ MSP ਦੇਵਾਂਗੇ, ਮੱਕੀ ਦੀ MSP ਦੇਵਾਂਗੇ। ਪਿਛਲੀ ਵਾਰੀ ਕੀਤੀ ਹੈ, ਉਹ ਦਿੱਤੀ ਕਿਸੇ ਨੂੰ? ਸ਼ਾਇਦ 1 ਲੱਖ ਹੈਕਟੇਅਰ ਦੇ ਵਿੱਚ ਸੀ। ਹਾਂ, ਜਿਹੜੀ ਦੇਣੀ ਸੀ ਉਹ ਜਿਹੜਾ ਡਿਫਰੈਂਸ ਸੀਗਾ ਉਹ ਦੇਣਾ ਸੀ। ਕਹਿੰਦੇ ਸੀ ਨਾ ਕਿ 5 ਮਿੰਟ ਦੇ ਵਿੱਚ ਦੇ ਦਾਂਗੇ, ਬੀਬੀ ਕਲਚਰ ਮਿਨਿਸਟਰ। ਬੀਬੀ ਵਿਚਾਰੀ ਚੁਟਕੀਆਂ ਮਾਰ ਮਾਰ ਕਹਿੰਦੀ ਸੀ ਵੀ ਸਾਨੂੰ ਛੱਡੋ, ਅਸੀਂ ਤਾਂ ਹੁਣ ਦੇ ਦਾਂਗੇ। ਨਹੀਂ ਨਾ ਦਿੱਤੀ ਗਈ। ਹੁਣ ਜੇ ਨਹੀਂ ਦਿੱਤੀ ਉਹ ਚੀਜ਼, ਫਿਰ ਯਾਰ ਜਿਹੜਾ ਫਾਇਦਾ ਕੀਤਾ ਫਿਰ ਲੋਕ ਤਾਂ ਪ੍ਰੋਟੈਸਟ ਤਾਂ ਕਰਨਗੇ ਨਾ। ਇੰਨਾ ਵੀ ਇੱਥੇ ਨਹੀਂ ਗੱਲ ਮੁੱਕਦੀ। ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਕਿ ਅਸੀਂ ਸਾਰੇ ਕਿਸਾਨਾਂ ਨੂੰ ਜਿੰਨਾ ਉਹਨਾਂ ਦੀ ਫਸਲ ਮਰੀ ਹੈ ਉਹਦਾ ਮੁਆਵਜ਼ਾ ਦੇਵਾਂਗੇ। ਪਿਛਲੇ ਸਾਲ ਵਾਲਾ ਨਹੀਂ ਮਿਲਿਆ, ਹੁਣ ਵਾਲੇ ਉੱਤੇ ਫਿਰ ਮਰ ਗਈ ਜਿਹੜੀ ਹੁਣ ਮਰੀ ਆ। ਭਗਵੰਤ ਮਾਨ ਇਹ ਕਹਿ ਕੇ ਆਇਆ ਕਿ ਮਰਲੇ ਮਰਲੇ ਦਾ ਮੁਆਵਜ਼ਾ ਦੇਵਾਂਗੇ, ਫਸਲ ਤੁਹਾਡੀ ਖੇਤ ਖੜੀ ਹੈ, ਖੜੀ ਖੇਤ ਫਸਲ ਦਾ ਅਸੀਂ ਮੁਆਵਜ਼ਾ ਦੇ ਦਿਆਂਗੇ, ਕੋਈ ਕੈਪਿੰਗ ਨਹੀਂ ਹੋਏਗੀ। ਇਹ ਕਹਿਆ ਨਾ, ਹੁਣ ਕੈਪ ਅੱਗੇ ਜਾ ਕੇ ਕੈਪਿੰਗ ਲਾਤੀ ਕਿ 5 ਏਕੜ ਤੋਂ ਵੱਧ ਨਹੀਂ ਮਿਲਣਾ। ਜਿਨ੍ਹਾਂ ਦਾ ਫਸਲ ਮਰੀ ਹੈ ਉਹਨਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਮਿਲਿਆ। ਹੁਣ ਇਹ ਕਰਨਾ ਸ਼ੁਰੂ ਕਰ ਲਿਆ ਕਿ ਮਾਰਕੀਟ ਕਮੇਟੀਆਂ ਤੋਂ ਰਿਕਾਰਡ ਮੰਗੋ ਜੀ, ਕਿਹਦੀ ਕਿੰਨੀ ਫਸਲ ਵਿਕੀ ਹੈ, ਪਤਾ ਲੱਗੇ ਵੀ ਸਾਨੂੰ ਮਰੀ ਹੈ ਕਿ ਨਹੀਂ ਮਰੀ। ਦੇਖੋ ਕਿਹੜੇ ਫਾਰਮੂਲੇ ਨੇ ਤੁਹਾਡੇ। ਸਾਡੇ ਪੰਜਾਬ ਦੀਆਂ ਮਤਲਬ ਵੱਡੀ ਪੱਧਰ ਦੇ ਉੱਤੇ ਕਿਸਾਨ ਮਜ਼ਦੂਰ ਹੋਰ ਲੋਕ ਜਿਹੜੇ ਆਪਦਾ ਪਸ਼ੂ ਧੰਨ ਦੇ ਨਾਲ ਢਿੱਡ ਪਾਲਦੇ ਨੇ, ਸਹਾਇਕ ਧੰਦੇ ਨੇ ਉਹ, ਜਿਹੜੇ ਸਹਾਇਕ ਧੰਦੇ ਨੇ ਉਹਨਾਂ ਦੇ, ਉਹਨਾਂ ਧੰਦਿਆਂ ਨੂੰ ਕਰਨ ਵਾਲੇ ਲੋਕਾਂ ਦੇ ਜਾਂ ਜਾਨਵਰਾਂ ਨੂੰ ਬਿਮਾਰੀ ਆਈ, ਲੰਪੀ ਸਕਿਨ ਆਈ, ਵੱਡੀ ਪੱਧਰ 'ਤੇ ਮਰੇ ਜਾਨਵਰ। ਹੁਣ ਇਹਦੇ 'ਚ ਚਲਾਕੀ ਦੇਖੋ ਕੀ ਹੈ। ਇਹ ਕਹਿੰਦੇ ਸਾਡੇ ਕੋਲ ਅੰਕੜਾ ਆ ਗਿਆ ਜੀ, ਕੀ ਅੰਕੜਾ ਆ ਗਿਆ, 17,000 ਪਸ਼ੂ ਮਰਿਆ ਹੈ। ਹੁਣ 12,700 ਪਿੰਡ ਆ, ਨੀਅਰ ਅਬਾਊਟ 13,000 ਦਾ ਪਿੰਡ ਹੈ। ਇੱਕ ਪਿੰਡ ਦਾ ਮੰਨ ਲਓ ਤੁਸੀਂ, ਇਹ ਮੰਨ ਲਓ ਵੀ 1.25 ਪਸ਼ੂ ਇੱਕ ਪਿੰਡ ਦਾ ਮਰਿਆ ਸ਼ੋਅ ਹੋ ਰਿਹਾ। ਜੇ ਇੱਕ ਪਿੰਡ ਦੇ ਵਿੱਚ 1.25 ਪਸ਼ੂ ਹੀ ਮਰਿਆ ਜਾਂ 2 ਪਸ਼ੂ ਮਰੇ ਆ, ਉਹਨੂੰ ਮਹਾਂਮਾਰੀ ਤਾਂ ਕਿਹਾ ਨਹੀਂ ਜਾ ਸਕਦਾ। ਇਹਨਾਂ ਨੇ ਮਹਾਂਮਾਰੀ ਦਾ ਨਾਂ ਦਿੱਤਾ ਇਹਨਾਂ ਨੂੰ। ਇੱਦੂ ਵੀ ਗਾਹਾਂ ਗੱਲ ਚਲੀ ਗਈ ਕਿ ਜੀ ਇਹ ਆਪ ਮੰਨਦੇ ਨੇ ਕਿ ਲੋਕਾਂ ਨੇ ਪਸ਼ੂ ਆਏ ਸਿੱਟ 'ਤੇ, ਅਸੀਂ ਪੰਚਾਇਤਾਂ ਨੂੰ ਕਿਹਾ ਵੀ ਆ JCB ਲਿਜਾ ਕੇ ਇਹਨਾਂ ਨੂੰ ਨੱਪੋ, ਲੋਕਾਂ ਨੇ ਫਿਰ ਵੀ ਸਾਡੇ ਤੋਂ ਕਹਿਣ ਦੇ ਬਾਵਜੂਦ ਵੀ ਨਹਿਰਾਂ 'ਚ ਸਿੱਟੇ ਪਸ਼ੂ, ਇਹ ਕਹਿੰਦੇ ਨੇ। ਹੁਣ ਜੇ ਇਹ ਹਾਲਾਤ ਬਣੇ ਵੀ ਤੁਹਾਡੇ ਕੋਲੋਂ ਸੰਭਾਲੇ ਨਹੀਂ ਗਏ, ਹੱਡਾਂ ਰੋੜੀ 'ਚ ਜਗ੍ਹਾ ਨਹੀਂ ਮਿਲੀ, ਪਸ਼ੂ ਨੱਪੇ ਨਹੀਂ ਗਏ, ਇਟ ਮੀਨਸ ਕਿ ਮਹਾਂਮਾਰੀ ਸੀ। ਅਤੇ ਮਹਾਂਮਾਰੀ ਉਦੋਂ ਹੁੰਦੀ ਆ ਜਦੋਂ ਇੱਕ ਇੱਕ ਪਿੰਡ 'ਚ 20-30, 40-40, 50-50 ਪਸ਼ੂ ਮਰਦੇ ਆ। ਹੁਣ ਤੁਹਾਡਾ ਅੰਕੜਾ ਕਹਿੰਦਾ 17,000 ਪਸ਼ੂ ਮਰਿਆ, ਤਾਂ ਫਿਰ ਸਾਡੀ ਲੜਾਈ ਹੋਏਗੀ ਨਾ ਇਹਦੇ 'ਤੇ। ਅਸੀਂ ਕਹਾਂਗੇ ਵੀ ਠੀਕ ਇਨਕੁਆਇਰੀ ਕਰੋ, ਠੀਕ ਪੜਤਾਲ ਕਰੋ ਭਾਈ ਮੰਤਰੀ ਜੀ, ਅਗਰ ਤੁਹਾਡੀ ਪੜਤਾਲ ਇਹ ਹੈ ਤਾਂ ਫਿਰ ਧਰਨੇ ਲੱਗਣਗੇ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਉਹਨਾਂ ਦੀਆਂ ਕਰਨੀਆਂ ਕਿ ਜੀ ਵਜ੍ਹਾ ਵੇਖ ਕੇ ਨਹੀਂ ਦਿੰਦੇ। ਹਾਂ, ਮੈਂ ਇਹਨੂੰ ਪੁੱਛਣਾ ਚਾਹੁੰਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਸਾਡੀਆਂ ਤਾਂ ਆਹ ਵਜ੍ਹਾ ਨੇ ਜਿਹੜੀਆਂ ਤੁਹਾਡੇ ਸਾਹਮਣੇ ਅਸੀਂ ਪ੍ਰੈਸ 'ਤੇ ਬੋਲਤੀਆਂ। ਭਗਵੰਤ ਮਾਨ ਜੀ ਦੱਸਣ, ਜਿੱਦਾਂ ਕੇਜਰੀਵਾਲ ਜੀ ਨੂੰ, ਇਹਨਾਂ ਦੇ ਪਾਰਟੀ ਦੇ ਮੁਖੀ ਨੂੰ ਇੱਕ ਇਨਵੈਸਟੀਗੇਸ਼ਨ ਵਾਸਤੇ ਬੁਲਾ ਲਿਆ ਇੱਕ ਏਜੰਸੀ ਨੇ ਇਨਵੈਸਟੀਗੇਸ਼ਨ। ਯਾਰ ਉਹ ਇੱਕ ਪੜ੍ਹਿਆ ਲਿਖਿਆ ਬੰਦਾ ਹੈ, ਇੱਕ ਇੱਜ਼ਤ ਵਾਲੀ ਪੋਸਟ 'ਤੇ ਬੈਠਾ ਹੈ, ਜੇ ਉਹਨੂੰ ਸੱਦਿਆ ਉਹਨੂੰ ਫਾਇਦਾ ਨਹੀਂ ਲਾਉਣ ਲੱਗੇ, ਉਹ ਜਾ ਕੇ ਉੱਥੇ ਉਹਨੂੰ ਇਨਵੈਸਟੀਗੇਸ਼ਨ ਨੂੰ ਜੁਆਇਨ ਕਰ ਲਏ। ਉਹ ਜੁਆਇਨ ਕਰਨ ਦੀ ਬਜਾਏ ਪੰਜਾਬ 'ਚੋਂ ਸਾਰੀ ਆਮ ਆਦਮੀ ਪਾਰਟੀ ਉੱਥੇ ਧਰਨਾ ਦੇ ਕੇ ਆਈ। ਯਾਰ ਉਹ ਕਿਹੜੀ ਵਜ੍ਹਾ ਸੀ ਧਰਨਾ ਦੇਣ ਵਾਲੀ? ਉਹ ਵਜ੍ਹਾ ਸੀ ਧਰਨਾ ਦੇਣ ਵਾਲੀ? ਡਰਾਈਵਰ ਸਾਹਿਬ ਇੱਕ ਕੀ ਕਾਰਨ ਹੈ ਵੀ ਕਿ ਕਿਸੇ ਟਾਈਮ ਤਾਂ ਕਿਸਾਨ ਆਗੂਆਂ ਦੇ ਅੱਗੇ, ਕਿਸਾਨ ਆਗੂਆਂ ਦੇ ਏਕੇ ਦੇ ਅੱਗੇ ਕੇਂਦਰ ਦੀ ਸਰਕਾਰ ਨਹੀਂ ਸੀ ਕੁਛ ਬੋਲਦੀ, ਹੁਣ ਸਟੇਟਾਂ ਦੇ ਮੁੱਖ ਮੰਤਰੀ ਵੀ ਕਮੈਂਟ ਕਰਦੇ ਨੇ। ਦੇਖੋ ਇੱਕ ਪਤਾ ਗੱਲ ਕੀ ਹੈ, ਇਹ ਐਵੇਂ ਲੱਗਦਾ ਹੈ ਪੰਗੂ ਸਾਹਿਬ ਬੋਲਣ ਵਾਲੇ ਤਾਂ ਉਦੋਂ ਵੀ ਬਹੁਤ ਬੋਲਦੇ ਰਹੇ, ਬੋਲਣ ਵਾਲੇ ਹੁਣ ਵੀ ਬੋਲਣਗੇ, ਲੇਕਿਨ ਜਦੋਂ ਲੋਕ ਲਹਿਰ ਉੱਠਦੀ ਹੈ ਨਾ, ਲੋਕ ਉੱਠ ਕੇ ਗੱਲ ਨੂੰ ਚੁੰਬੜਦੇ ਹੈ। ਅੱਜ ਇਹਨਾਂ ਦਾ ਜਿਹੜਾ ਇਹਨਾਂ ਨੂੰ ਐਂ ਭਰੋਸਾ ਹੈ ਵੀ ਸਾਡਾ ITC ਬਹੁਤ ਸਟਰੋਂਗ ਹੈ, ਉਹਦੇ ਬਲ 'ਤੇ ਅਸੀਂ ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਣਾਉਣ ਦੇ ਵਿੱਚ ਸਫਲ ਹੁੰਦੇ ਹਾਂ, ਹੁੰਦੇ ਵੀ ਨੇ, ਇੱਕ ਸੁਭਾਵਿਕ ਗੱਲ ਹੈ। ਪ੍ਰੈਸ ਸਾਰੀ ਦਾ ਗਲਾ ਘੁੱਟ ਲਿਆ, ਪ੍ਰੈਸ ਨੂੰ ਬੋਲਣ ਨਹੀਂ ਦਿੱਤਾ। ਅਗਰ ਪ੍ਰੈਸ ਖੁੱਲ੍ਹ ਕੇ ਬੋਲੇ, ਉਹਨੂੰ ਆਪਦੀ ਖੁੱਲ੍ਹ ਕੇ ਗੱਲ ਰੱਖਣ ਦੀ ਇਜਾਜ਼ਤ ਦੇਣ, ਮੈਂ ਦਾਅਵੇ ਨਾਲ ਗੱਲ ਕਰਦਾ ਲੋਕ ਨਾਸੀ ਧੂੰਆਂ ਲੈ ਦੇਣਗੇ ਇਹਨਾਂ ਦੀ। ਹੁਣ ਪ੍ਰੈਸ ਵਾਲਾ ਜਿਹੜਾ ਵੀ ਬੋਲਦਾ ਉਹਦਾ ਚੈਨਲ ਬੰਦ ਕਰਾ ਦਿੰਦੇ ਹੈ ਜਾਂ ਕਿਸੇ ਮੁੰਡੇ ਨੂੰ ਨੌਕਰੀ ਤੋਂ ਕਢਾ ਦਿੰਦੇ ਹੈ। ਹੁਣ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਰਹਿ ਗਿਆ ਕੌਣ? ਜੋ ਪ੍ਰੈਸ ਵਿਚਾਰੀ ਦਾ ਗਲਾ ਘੁੱਟਿਆ ਗਿਆ, ਰਹਿ ਤਾਂ ਇਹਨਾਂ ਦਾ ITC ਗਿਆ, ਉਹ ਫਿਰ ਜਿਹੜੀਆਂ ਜਥੇਬੰਦੀਆਂ ਰੌਲਾ ਪਾਉਂਦੀਆਂ ਹੈ ਉਹ ਸੁਭਾਵਿਕ ਹੈ ਕਿ ਇਹਨਾਂ ਦੇ ਮੁਕਾਬਲਾ ਤਾਂ ਕਰ ਨਹੀਂ ਸਕਣਗੀਆਂ, ਤਾਂ ਉਹਦੇ ਵਿੱਚ ਜ਼ਰੂਰ ਇਹ ਭਾਰੂ ਪੈਂਦੇ ਨੇ। ਪਰ ਲੋਕ ਲਹਿਰ ਬੜੀ ਵੱਡੀ ਚੀਜ਼ ਹੁੰਦੀ ਹੈ,
बीजेपी का भी हेडी सेल सीगा ना जो दिल्ली च मोर्चा लगे है, नहीं पेश गई। अज भी इत्थे जो लोग गैर राजनीतिक एस के एम दे नाल खड़े ने, अज भी खड़े ने, जिदे मोर्चा लावांगे कुछ नहीं चलनी इन्हां दी हेडी सेल दी, किसी की कोई पेश नहीं जानी। तुसीं देखोगे इस सरकार नूं झुकना पैना है, लोगों के कोलों माफी अगे अगे नहीं, जिदे आ मेरे साडे बारे आ बोलिया है भी इन्होंने जी पैसों का हिसाब किताब विखाउणा हुंदा है, इन्होंने तो जी आ करना हुंदा है, उदे भी माफ़ी मांग के आया खेतीबाड़ी मंत्री उत्थे, ते जो हुण बोल रहा है इहदा मतलब जवान की है इन्हां दी, एक बार माफ़ी मंग लेंदे ने दूजी बारी फिर बोल दें। कैबिनेट दे विच बड़ा फेरबदल हुंदा इन्हां दी सरकार दी, धालीवाल साहब पंचायत मंत्री सी ते खेतीबाड़ी मंत्री सी, फोटो भी वायरल हुई सी, सारे खुश सी, लड्डू खिला रहे धालीवाल साहब, पर खुश नहीं सी। कारण की है कि पंजाब चल नहीं रहा है, अज भी कुछ पी सी एस आई एस अधिकारियों के तबादले किए ने, कारण की है कि बदलना पै जाता। देखो मैं एक बेनती करा जी, ये आपदे जाने बदल बदल के दंदे तिखे के तिखे करके लियाने वाली कोशिश करते हैं। कोशिश ये है भी असी आ जड़ियां लोकां दे कोले जमीना वाह रहे हैं ये कब्जा करना है, इन्हें ए लगता भी वह आई एस जो आई पी एस जो पी सी एस बैठा है वह शायद इन लोगों ना रल गया हो, लोगों की गल की गौर ज्यादा करता हो, 100% बेविश्वासी है इन्हों, नहीं तो बेचारे बैठे जो आई एस आई पी एस बैठे उन्हें की कहते हैं इन्हों, उन्होंने कम लैन। अगली गल की है ये हूँ की होंगे ने जो आपकी मंग मन गए ना जी, ये हूँ इन्होंने मंगा तो भजना है, जो मनिया हुई मंगा तो भजना है तो एक तरीका होंगे कि महकमा बदल के किसी दूजे दे दौ, तो पहला यह कह दूंगा देखो जी मैं तो थोड़ी गल सुन रहा हूँ, मेरे को महकमा नहीं रहा, महकमा फलाने मंत्री जी बन गए हूँ फलाना सिंह को उन्होंने गल कर लो, वो फिर की करेगा, वो जीरो तो गल फिर शुरू करेगा। यानी ये एक तरीका है इन्हों का फार्मूला लोगों खूह के गेट के टिंडा वाले गेट च पा के रखने का, एदू बाद मतलब मैं समझदा इन्हों की होर कोई गल नहीं, सब एक चलाकी च हो रही गल। बिल्कुल डल्लेवाल साहब बहुत बहुत धन्यवाद, तुम सारे गलबात खुल के विचार रखे। सो दोस्तों मेरे नाल जुड़े हुए थे भारतीय किसान यूनियन एकता सिद्धू पर प्रधान सरदार जगजीत सिंह डल्लेवाल साहब, अगली जी रणनीति हैगी गलबात की समय समय से साढ़े नाल जुड़ते भी रहते हैं। थोनों की लगता नवीं नवे उठ रहे संघर्षों बारे, तुम अपनी फीडबैक सानू कॉमेंट बॉक्स में हर बार जितना जरूर भेजो। शुक्रिया।